गुड इवनिंग फ्रेंड्स, ਕਿਵੇਂ ਹੋ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਤੇ ਤੁਹਾਨੂੰ ਪਤਾ ਹੀ ਹੈ, ਕਰੋਨਾ ਵਾਇਰਸ ਕਾਰਨ ਸਾਰੇ ਕਾਮੇ ਅਤੇ ਉਦਯੋਗ ਬੰਦ ਪਏ ਹਨ। ਸਟੇਟ ਗਵਰਨਮੈਂਟ ਨੇ 3,20,000 ਲੋਕਾਂ ਦੇ ਅਕਾਊਂਟ ਵਿੱਚ 3,000 ਰੁਪਏ ਜਿਹੜੇ ਨੇ ਉਹ ਪਾਣੇ ਸ਼ੁਰੂ ਕਰ ਦਿੱਤੇ ਨੇ। ਮੈਂ ਤੁਹਾਨੂੰ ਦੱਸਾਂਗਾ ਕਿ ਉਹ ਪੈਸੇ ਤੁਹਾਨੂੰ ਕਿੱਦਾਂ ਮਿਲਣਗੇ ਔਰ ਜਿਨ੍ਹਾਂ ਜਿਨ੍ਹਾਂ ਨੇ ਅਕਾਊਂਟ ਵਿੱਚ ਆ ਚੁੱਕੇ ਨੇ ਉਹ ਕਿਸ ਤਰ੍ਹਾਂ ਚੈੱਕ ਕਰ ਸਕਦੇ ਨੇ। ਤੇ ਮੈਂ ਤੁਹਾਨੂੰ ਪੂਰੀ ਡਿਟੇਲ 'ਚ ਦੱਸਾਂਗਾ ਕਿ ਕਿੱਥੇ ਜਾ ਕੇ ਤੁਸੀਂ ਚੈੱਕ ਕਰਨੇ ਆ, ਅਗਰ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਕਿਸ ਤਰ੍ਹਾਂ ਕਰਵਾਉਣੀ ਹੈ, ਮੈਂ ਤੁਹਾਨੂੰ ਪੂਰੀ ਗਾਈਡ ਕਰਾਂਗਾ। ਔਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਤੇ ਆਏ ਹੋ ਤਾਂ ਉਹਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਪੰਜਾਬ ਸਟੇਟ ਗਵਰਨਮੈਂਟ ਅਤੇ ਸੈਂਟਰ ਗਵਰਨਮੈਂਟ ਦੀ ਹਰ ਲੇਟੈਸਟ ਜ਼ਰੂਰੀ ਜਾਂ ਸੂਚਨਾ ਦੇ ਲਈ ਜਾਂ ਯੋਜਨਾ ਅਤੇ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ। ਇੱਕ ਹੋਰ ਗੱਲ, ਪੰਜਾਬ ਪੁਲਿਸ ਦੀ ਵਲੰਟੀਅਰ ਦੀ ਭਰਤੀ ਜਿਹੜੀ ਹੈ ਉਹ ਆਊਟ ਹੋ ਚੁੱਕੀ ਹੈ ਜੀ। ਉਸਦਾ ਨੋਟੀਫਿਕੇਸ਼ਨ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਅਪਲਾਈ ਕਰ ਸਕਦੇ ਹੋ। ਚਲੋ ਹੁਣ ਅਸੀਂ ਗੱਲ ਕਰਾਂਗੇ ਜਿਹੜੀ ਸੈਂਟਰ ਗਵਰਨਮੈਂਟ ਨੇ 3,20,000 ਲੋਕਾਂ ਦੇ ਅਕਾਊਂਟ ਵਿੱਚ 3,000 ਰੁਪਏ ਦਾ ਜਿਹੜਾ ਕ੍ਰੈਡਿਟ ਕੀਤਾ ਹੈ ਉਹ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਹੋ, ਰਜਿਸਟ੍ਰੇਸ਼ਨ ਕਿੱਦਾਂ ਕਰਨੀ ਹੈ ਤੁਸੀਂ ਉਸਦੇ ਲਈ। ਸਭ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਡਿਸਕ੍ਰਿਪਸ਼ਨ ਵਿੱਚ ਇੱਕ ਲਿੰਕ ਹੋਏਗਾ ਉਸ ਤੇ ਕਲਿੱਕ ਕਰੋਗੇ। ਉਸ ਤੋਂ ਬਾਅਦ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਦੇ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਲੈਂਡ ਕਰ ਲਓਗੇ, ਇਹਦੇ ਉੱਪਰ ਤੁਸੀਂ ਆ ਜਾਓਗੇ, ਠੀਕ ਹੈ ਜੀ। ਔਰ ਤੁਹਾਨੂੰ ਦੱਸਣਾ ਚਾਹਾਂਗਾ ਇਸ ਤੋਂ ਬਾਅਦ ਤੁਸੀਂ ਨੀਚੇ ਨੂੰ ਮੂਵ ਸਕਰੋਲ ਕਰਨਾ ਹੈ ਜੀ ਥੋੜ੍ਹਾ ਜਿਹਾ, ਉਹਦੇ ਵਿੱਚ ਤੁਹਾਨੂੰ ਜਿਹੜੀ ਹੈ ਆਪਸ਼ਨ ਮਿਲ ਜਾਏਗੀ। ਤੁਸੀਂ ਦੇਖ ਹੀ ਪਾ ਰਹੇ ਹੋ ਨਿਊ ਰਜਿਸਟ੍ਰੇਸ਼ਨ ਵਰਕਰ, ਇਹਦੇ ਲਈ ਨਿਊ ਰਜਿਸਟ੍ਰੇਸ਼ਨ ਲਈ ਤੁਸੀਂ ਇੱਥੇ ਕਲਿੱਕ ਕਰਨਾ ਹੈ। ਔਰ ਅਗਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਉਹਦੇ ਲਈ ਥੋੜ੍ਹਾ ਜਿਹਾ ਹੋਰ ਨੀਚੇ ਤੁਸੀਂ ਜਾਣਾ ਹੈ ਜੀ, ਉਹਦੇ ਵਿੱਚ ਤੁਹਾਨੂੰ ਆਪਸ਼ਨ ਮਿਲ ਜਾਏਗੀ ਇਹ ਵਾਲੀ। ਇੱਥੇ ਤੁਸੀਂ 3 ਚੀਜ਼ਾਂ ਨਾਲ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਆਲਰੇਡੀ ਰਜਿਸਟਰਡ ਹੋ, ਔਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਨੇ ਉਹ ਕ੍ਰੈਡਿਟ ਹੋ ਚੁੱਕੇ ਨੇ ਜਾਂ ਹਲੇ ਹੋਣੇ ਨੇ। ਉਹਦੇ ਲਈ ਤੁਸੀਂ ਕਲਿੱਕ ਕਰਨਾ ਹੈ ਇਹਦੇ ਉੱਪਰ, ਜਾਂ ਤਾਂ ਤੁਸੀਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਹੈ ਤਾਂ ਤੁਸੀਂ ਉਹ ਫਿਲ ਕਰ ਸਕਦੇ ਹੋ, ਠੀਕ ਹੈ ਜੀ। ਇਹਦੇ ਵਿੱਚ ਅਗਰ ਤੁਹਾਡੇ ਕੋਲ ਆਧਾਰ ਨੰਬਰ ਹੈ ਤੁਸੀਂ ਇਹਦੇ ਵਿੱਚ ਫਿਲ ਕਰਨਾ ਹੈ, ਅਗਰ ਤੁਹਾਡੇ ਕੋਲ ਮੋਬਾਈਲ ਨੰਬਰ ਹੈ ਤੁਸੀਂ ਇਸ ਤੇ ਉੱਪਰ ਕਲਿੱਕ ਕਰ ਦੇਣਾ ਹੈ। ਅਗਰ ਤੁਹਾਡੇ ਜਿਹੜੇ ਪੈਸੇ ਨੇ ਤੁਹਾਡੇ ਕ੍ਰੈਡਿਟ ਹੋ ਚੁੱਕੇ ਨੇ ਤੁਹਾਨੂੰ ਇੱਕ SMS ਦੇ ਥਰੂ ਜਿਹੜਾ ਹੈ ਡਿਟੇਲ ਪਹੁੰਚ ਜਾਏਗੀ ਕਿ ਤੁਹਾਡੇ ਜਿਹੜੇ ਇਹ ਪੈਸੇ ਨੇ ਕ੍ਰੈਡਿਟ ਕਿੰਨੇ ਹੋਏ ਨੇ ਔਰ ਕਦੋਂ ਹੋਏ ਨੇ। ਉਸ ਦੇ ਨਾਲ ਹੀ ਇਹਦੇ ਵਿੱਚ ਟੋਟਲ ਜਿਹੜੇ ਤੁਹਾਨੂੰ ਜਿਹੜੇ ਅਮਾਊਂਟ ਮਿਲਣਾ ਹੈ ਜੀ ਉਹ ਮਿਲਣਾ ਹੈ 3 ਮਹੀਨਿਆਂ ਦੇ ਲਈ 3,000, ਮਤਲਬ ਟੋਟਲ 3 ਪੇਮੈਂਟਸ ਤੁਹਾਡੇ ਕੋਲ ਆਉਣਗੀਆਂ 3 ਮਹੀਨੇ ਦੇ ਅੰਦਰ। ਔਰ ਇਹ ਜਿਹੜੀਆਂ ਪੇਮੈਂਟ ਆਉਣਗੀਆਂ ਜੀ ਇਹ ਲੇਬਰ ਕਲਾਸ ਵਾਲੇ ਵਰਕਰਸ ਦੇ ਲਈ ਹੀ ਆਉਣਗੀਆਂ ਜਿਹੜੇ ਆਲਰੇਡੀ ਰਜਿਸਟਰਡ ਨੇ, ਔਰ ਤੁਸੀਂ ਰਜਿਸਟ੍ਰੇਸ਼ਨ ਦੇ ਲਈ ਜਿਹੜੇ ਸਟੈਪ ਫੋਲੋ ਕਰ ਸਕਦੇ ਨੇ ਇਹਨਾਂ ਨੇ ਉੱਪਰ ਦਿੱਤੇ ਹੋਏ ਨੇ ਇਹ ਫੋਲੋ ਕਰ ਸਕਦੇ ਹੋ, ਠੀਕ ਹੈ ਜੀ। ਔਰ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰਨਾ ਜਿਹੜੇ ਵੀ ਲੇਬਰ ਕਲਾਸ ਦੇ ਹੈਗੇ ਨੇ ਜਿਨ੍ਹਾਂ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਜਾਂ ਜਿਨ੍ਹਾਂ ਨੇ ਹਲੇ ਕਰਵਾਉਣੀ ਹੈ ਤਾਂ ਕਿ ਉਹ ਇਸਦਾ ਲਾਹਾ ਲੈ ਸਕਣ ਵੱਧ ਤੋਂ ਵੱਧ। ਔਰ ਸਰਕਾਰ ਨੇ 3,20,000 ਲੋਕਾਂ ਦੇ ਲਈ ਇਹ ਫਾਇਦਾ ਜਿਹੜਾ ਹੈ ਕੱਢਿਆ ਹੋਇਆ, ਸੋ ਸਾਰੇ ਜਾਣੇ ਇਸਦਾ ਫਾਇਦਾ ਲੈ ਸਕਣ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਜੀ। ਅਸੀਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਨਵੀਂ ਜਾਣਕਾਰੀ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ।